ਕੀ ਭਲਾ ਸਵੇਰੇ ਆਸ਼ੂ ਘਰ ਜਾਣਾ, ਕਿਹੜਾ ਸੂਟ ਪਾ ਕੇ ਜਾਣਾ? ਲਾਲ ਜਿਹਾ ਵਾਲਾ। ਲਾਲ ਕਿਹੜਾ? ਉਹ ਜਿਹਦੇ ਨਾਲ ਚਿੱਟਾ ਦੁਪੱਟਾ ਵਾ, ਹਾਂ ਇੱਕ ਜਿਹਦੇ ਲਾਲ ਤੇ ਥੱਲੇ ਚਿੱਟੀ ਜਿਹੀ ਲੈਸ ਲਵਾਈ ਹੋਈ ਹੈ ਮੈਂ ਮੋਤੀਆਂ ਵਾਲੀ। ਨਹੀਂ, ਲਾਲ ਸ਼ਰਾਰੇ ਵਾਲਾ ਵੀ ਹੈਗਾ ਜੀ, ਇੱਕ ਲਾਲ ਕਾਲੀ ਸਲਵਾਰ ਦੇ ਨਾਲ ਮੈਚਿੰਗ ਆ, ਕਾਲਾ ਦੁਪੱਟਾ ਕਾਲੀ ਸਲਵਾਰ ਆ ਲਾਲ। ਇੱਕ ਹੋਰ ਲਾਲ ਹੈਗਾ ਵਾ, ਉਹ ਲਾਲ ਦੇ ਨਾਲ ਨਾ ਪੀਲੇ ਦਾ ਕੰਬੀਨੇਸ਼ਨ ਬੜਾ ਵਧੀਆ ਲੱਗਦਾ। ਪੀਲਾ ਪੀਲਾ ਸੂਟ ਹੈ ਨਾ, ਪੀਲਾ ਸੂਟ ਪਾ ਲਾ, ਉਹ ਠੀਕ ਰਹੂਗਾ। ਪੀਲਾ ਕਿਹੜਾ ਪਾਵਾਂ, ਸ਼ਰਾਰੇ ਵਾਲਾ? ਹਾਂ, ਇੱਕ ਪੀਲਾ ਜਿਹੜਾ ਹੈਗਾ ਜਿਹਦੇ ਕਾਲੇ ਰੰਗ ਦੀ ਕਢਾਈ ਕੀਤੀ ਹੋਈ ਨਾਲ ਕਾਲੀ ਚੁੰਨੀ ਆ। ਸੱਚ ਇੱਕ ਪੀਲਾ ਪ੍ਰਿੰਟ ਵੀ ਤੇ ਹੈਗਾ ਵਾ, ਉਹਦੇ ਤੇ ਗੁਲਾਬੀ ਗੁਲਾਬੀ ਰੰਗ ਦੇ ਤੇ ਫੁੱਲ ਹੈਗੇ ਆ। ਇੱਕ ਪੀਲਾ ਹਰੇ 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 ਰੰਗ ਦੀ ਧਾਗੇ ਦੀ ਕਢਾਈ ਹੋਈ ਹੋਈ ਇੱਥੇ, ਉਹ ਵਾਲਾ ਪਾਲਾ ਪੀਲਾ। ਤੂੰ ਹਰਾ ਹੀ ਪਾਲਾ ਫਿਰ, ਹਰਾ ਵਾਲਾ ਹਰਾ ਕਹਿਣਾ ਦਾ ਵਾਲਾ ਵਾਲਾ ਹਰਾ ਹਰਾ ਹਰੇ ਤੇ ਵੀ ਤੇ ਚਿੱਟੇ ਰੰਗ ਦਾ ਨਾਲ ਕੰਬੀਨੇਸ਼ਨ ਹੈਗਾ ਨਾ, ਉਹ ਬਹੁਤ ਸੋਹਣਾ ਲੱਗਦਾ ਹੈ ਚਿੱਟੇ ਦੁਪੱਟੇ ਵਾਲਾ। ਹਾਂ ਸੋਹਣਾ ਹੈਗਾ ਉਹ ਵਾਲਾ। ਨਹੀਂ ਪਰ ਇੱਕ ਹਰਿਆ ਜਿਹੜਾ ਮੇਰਾ ਪਜਾਮੀ ਵਾਲਾ ਸੂਟ ਹੈ, ਸਿਲਕੀ ਹੈ ਨਾ, ਸੋਹਣਾ ਵਾ ਸੂਟ, ਉਹ ਹਰਾ ਹਰੇ ਦਾ। ਗੋਲਡਨ ਲੈਸ ਵੀ ਤੇ ਹੈਗੀ ਆ, ਲੱਗੀ ਹੋਈ ਇੰਜ ਕਢਾਈ ਵਾਲੀ ਨਾਲ ਲੈਸ ਲੱਗੀ ਹੋਈ ਆ ਗੋਲਡਨ। ਉਹ ਹਰਾ ਉਹ ਵੀ ਤੇ ਮਾਮੀ ਨੇ ਜਿਹੜਾ ਦਿੱਤਾ ਸੀ ਮੋਤੀਆਂ ਵਾਲਾ, ਮੋਤੀਆਂ ਦੀ ਕਢਾਈ ਵਾਲਾ, ਉਹ ਵਾਲਾ ਹਰਾ ਪਾਲਾ। ਤੂੰ ਇੱਕ ਕੰਮ ਕਰ, ਕੋਈ ਕੱਕਾ ਪੂਰਾ ਲੱਭ ਕੇ ਪਾਲਾ। ਇਸੇ ਕਰਕੇ ਮੈਂ ਪੁੱਛਦੀ ਨੀ, ਕੱਕਾ ਭੂਰਾ ਪਾਲਾ, ਕਿਹੜਾ ਕੱਕਾ ਭੂਰਾ ਪਾਲਾ?